ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦੇ ਬਟਨ ਕਰਨਾ ਕਲਿੱਕ, ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਦਿਲਾਂ ਤੱਕ ਪਹੁੰਚੇ ਸਭ ਤੋਂ ਪਹਿਲੇ। ਤੇ ਅੱਜ ਮਾਸ਼ਾਅੱਲਾ ਦੇ ਕਮੈਂਟ ਵੀਰ ਇਨਸ਼ਾਅੱਲਾ ਜ਼ਰੂਰ ਕਰਨਗੇ ਅੱਲਾ ਦੇ ਫਜ਼ਲੋ ਕਰਮ ਨਾਲ। ਇਹ ਮੱਝ ਜਨਾਬ ਤੀਸਰਾ ਸੂਆ ਸੂਈ ਹੈ ਤੇ ਬਾਕੀ ਜਨਾਬ ਜਿਹੜੇ ਲੋਕ ਗੱਲਾਂ ਕਰਦੇ ਜਨਾਬ ਕੋਈ ਮੱਝ ਘਾਟੀ ਜਨਾਬ 20-25 ਲੀਟਰ ਨੂੰ ਪਹੁੰਚਦੀ ਹੈ ਤੇ ਇਸ ਮੱਝ ਦੇ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਗਰੰਟੀਆਂ ਹੋਣਗੀਆਂ। ਬਾਕੀ ਚਾਰ ਸਵੇਰ ਮੇਰਾ ਕੈਮਰਾਮੈਨ ਆਪਣੇ ਕੈਮਰੇ ਦੀ ਨਜ਼ਰ ਨਾਲ ਤਸੱਲੀਆਂ ਕਰਵਾਵੇਗਾ, ਮੇਰੇ ਵੀਰਾਂ ਨੇ ਤਸੱਲੀ ਕਰ ਲੈਣੀ ਹੈ। ਬਾਕੀ ਜਿਹੜੇ ਬੰਦੇ ਕਹਿੰਦੇ ਨੇ ਜਨਾਬ ਫੁੱਟ ਫੁੱਟ ਦਾ ਬਹਾਨਾ ਅੱਲਾ ਦੇ ਫਜ਼ਲ ਨਾਲ ਇਸ ਮੱਝ ਨੂੰ ਲੱਗਿਆ। ਬਾਕੀ ਮੱਝ ਦਾ ਕੱਦ ਚੰਗਾ, ਲਾਮ ਚੰਗੀ, ਬਾਡੀ ਮਾਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਪੂਰੀ। ਬਾਕੀ ਜਨਾਬ ਇੱਕ ਘੱਡੀ ਕੱਦ ਜਨਾਬ ਕੈਮਰਾਮੈਨ ਸਾਹਿਬ ਥੋੜਾ ਪਿੱਛੇ ਹਟ ਕੇ ਵਿਖਾਇਆ ਜੇ, ਤਾਂ ਕਿ ਭਰਾਵਾਂ ਨੂੰ ਜਨਾਬ ਸਮਝ ਆਵੇ ਕਿ ਵਾਕਈ ਜਨਾਬ ਹਾਜੀ ਸਾਹਿਬ ਦੇ ਕੱਦ ਜਿੱਡੀ ਹੈ ਜਨਾਬ। ਬਾਕੀ ਜਨਾਬ ਇਹ ਲੱਤਾਂ ਨੂੰ ਫੁੱਟ ਫੁੱਟ ਬਾਹਰ ਨਾ ਆਵੇ ਤੇ ਗਿਲਾ ਜਨਾਬ ਜ਼ਰੂਰ ਕਰਨਾ। ਬਾਕੀ ਜਨਾਬ ਸੋਹਣਾ ਥਾਣ, ਪੂਰੀਆਂ ਵਿਰਲਾਂ, ਤੁੰਨੀ ਕੌੜੀ ਦਾ ਨਿਸ਼ਾਨ ਕੋਣੀ, ਖੁਰ ਚਾਰੇ ਇੱਕੋ ਜਿਹੇ ਜਿਵੇਂ ਘੋੜਿਆਂ ਦੇ ਸੁੰਭ ਹੁੰਦੇ ਨੇ, ਪਿਛਲੇ ਦੋ ਪੈਰ ਧੋਤੇ, ਬਿੱਲੀ ਅੱਖ ਮਾਸ਼ਾਅੱਲਾ, ਮੱਥਾ ਸਫੈਦ, ਕੰਨਾਂ ਤੇ ਜਨਾਬ ਪਸ਼ਮ, ਅੱਲਾ ਦੇ ਫਜ਼ਲ ਕਰਮ ਨਾਲ ਅੱਛੇ ਨੀਲੀ ਦੇ ਜਾਨਵਰ ਹਮੇਸ਼ਾ ਜਨਾਬ ਵੀਰ ਵੀ ਜਾਣਦੇ ਨੇ ਤੇ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਵਿਖਾਉਂਦੇ ਹੁੰਦੇ ਜਨਾਬ ਭਰਾਵਾਂ ਨੂੰ ਅਨਮੋਲ ਤੋਹਫੇ। ਬਾਕੀ ਹਵਾਨਾ ਅਰਜ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਪੂਰੇ ਖੜਾਕ ਅੱਲਾ ਦੇ ਫਜ਼ਲ ਨਾਲ ਹੋਣਗੇ। ਚੈਨਲ ਆਪਣਾ ਛੋਟਾ ਲੇਕਿਨ ਖੜਾਕ ਇਨਸ਼ਾਅੱਲਾ ਵੱਡੇ ਚੈਨਲ ਵਾਲੇ। ਬਾਕੀ ਮੇਰਾ ਕੈਮਰਾਮੈਨ ਅੱਲਾ ਦੇ ਫਜ਼ਲ ਨਾਲ ਤਸੱਲੀਆਂ ਕਰਵਾ ਰਿਹਾ, ਇੱਕ ਫੁੱਟ ਹਵਾਨਾ ਜਨਾਬ ਚੌੜਾ, ਗੱਲਾਂ ਨਾਲ ਨਹੀਂ ਇਨਸ਼ਾਅੱਲਾ ਲੱਤਾਂ ਤੋਂ ਫੁੱਟ ਫੁੱਟ ਬਾਹਰ ਜਨਾਬ, ਇਹਨੂੰ ਕਹਿੰਦੇ ਨੇ ਜਨਾਬ ਵਾਕਿਆ ਜਨਾਬ ਫੁੱਟ ਫੁੱਟ ਬਾਹਰ। ਬਾਕੀ ਜਨਾਬ ਮਾਸ਼ਾਅੱਲਾ ਦੇ ਕਮੈਂਟ ਜ਼ਰੂਰ ਕਰਕੇ ਜਾਣਾ। ਬਾਕੀ ਹਰ ਬੰਦੇ ਦੀ ਜਨਾਬ ਆਪਣੀ ਸੋਚ, ਆਪਣੀ ਸਮਝ, ਬਾਕੀ ਸਾਡਾ ਕੰਮ ਹੈ ਜਨਾਬ ਵਿਖਾ ਦੇਣਾ, ਮੇਰੇ ਭਰਾਵਾਂ ਦਾ ਕੰਮ ਹੈ ਵੇਖ ਲੈਣਾ। ਪੁਰਾਣੀਆਂ ਮੱਝਾਂ ਚੋਂ ਮੱਝ ਅੱਲਾ ਦੇ ਫਜ਼ਲ ਨਾਲ ਅੱਜ ਕੱਢ ਕੇ ਲੈ ਆਉਂਦੀ ਭਰਾਵਾਂ ਵਾਸਤੇ। ਬਾਕੀ ਜਨਾਬ ਹਰ ਬੰਦੇ ਦੀ ਆਪਣੀ ਪਸੰਦ, ਲੇਕਿਨ ਜੈਨੂਇਨ ਗੱਲਾਂ ਸੁਆ ਜਨਾਬ ਜੈਨੂਇਨ ਤੀਸਰਾ ਮੱਝ ਦੀ ਜਨਾਬ ਦੁੱਧ ਦੀਆਂ ਗਰੰਟੀਆਂ ਦੇਵਾਂਗੇ। ਭਰਾ ਜਨਾਬ ਤਸੱਲੀਆਂ ਕਰਨ, ਮੱਝ ਜਨਾਬ ਤੋਰ ਫਿਰ ਕੇ ਵੀ ਇਨਸ਼ਾਅੱਲਾ ਹਵਾਨਾ ਲੱਤਾਂ ਜਨਾਬ ਫੁੱਟ ਫੁੱਟ ਬਾਹਰ ਨਾ ਵਿਖਾਵੇ ਤੇ ਫਿਰ ਜਨਾਬ ਗਿਲੇ ਸ਼ਿਕਵੇ ਕਰਨੇ ਨੇ। ਬਾਕੀ ਜਨਾਬ ਐਵੇਂ ਗੱਲਾਂ ਦੇ ਗਲੌੜ ਨਹੀਂ ਬਣਾਉਣੇ। ਆ ਕੰਨੀ ਵੇਖ ਲਓ ਜਨਾਬ, ਪੂਰੇ ਗਜ ਦੀ ਲੰਮੀ ਕੰਨ ਮਾਸ਼ਾਅੱਲਾ ਜਿਵੇਂ ਛੱਜ ਹੁੰਦਾ, ਨਿੱਕੀ ਨਿੱਕੀ ਸਿੰਗੀ, ਤੀਸਰਾ ਸੁਆ ਸੂਈ ਖੜੀ ਹੈ, ਮੁੰਦਰੀ ਵਾਲਾ ਸਿੰਗ ਲੱਗਿਆ ਜਨਾਬ। ਬਾਕੀ ਜਨਾਬ ਗੱਲਾਂ ਕਰਦੇ ਹੁੰਦੇ ਆ ਮਾਲਕ ਤੋਂ ਸਾਂਝੀਆਂ, ਕੱਲੀ ਕੱਲੀ ਗੱਲ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਨਖੇੜੇ ਕਰ ਦੇਣੇ ਨੇ। ਹਰ ਬੰਦੇ ਨੂੰ ਜਨਾਬ ਹੱਕ ਹੈ ਕਿ ਜਨਾਬ ਚੰਗੀ ਮੱਝ ਜਨਾਬ ਇਹ ਕੋਸ਼ਿਸ਼ ਕੀਤਾ ਤੇ ਮਿਹਨਤ ਕੀਤਾ ਮਿਲਦੀ ਹੈ। ਇਹ ਨਹੀਂ ਕਿ ਜਨਾਬ ਸੁਬਹ ਉੱਠ ਪੋ ਤੇ ਸ਼ਾਮ ਨੂੰ ਜਨਾਬ ਲੰਡੀ ਬੁੱਚੀ ਪਾ ਕੇ ਆਖੋ ਜਨਾਬ ਇਹ ਨੀਲੀ ਹੈ ਤੇ ਇਹ ਤੀਲੀ ਹੈ, ਇਹਨੂੰ ਕਹਿੰਦੇ ਜਨਾਬ ਨੀਲੀ ਦਾ ਤੋਹਫਾ। ਬਾਕੀ ਜਨਾਬ ਗੱਲਾਂ ਕਰਨੇ ਮਾਲਕ ਤੋਂ ਸਾਂਝੀਆਂ, ਜ਼ਿਆਦਾ ਭਰਾਵਾਂ ਦਾ ਟਾਈਮ ਜਿਹੜਾ ਜਨਾਬ ਜ਼ਾਇਆ ਨਹੀਂ ਕਰਨਾ, ਤਾਂ ਕਿ ਹਰ ਬੰਦਾ ਜਨਾਬ ਆਪਣੀ ਮਸਰੂਫੀਅਤ ਵਿੱਚ ਜਨਾਬ ਮਸਰੂਫ ਹੁੰਦਾ। ਬਾਕੀ ਲੱਤਾਂ ਨੂੰ ਫੁੱਟ ਫੁੱਟ ਬਾਹਰ, ਕੈਮਰਾਮੈਨ ਤਸੱਲੀਆਂ ਕਰਵਾ ਦਿਓ, ਪੂਰੀ ਮੱਝ ਜਨਾਬ ਖਾਣੀ ਹੈ ਤਾਂ ਕਿ ਮੇਰੇ ਵੀਰਾਂ ਨੂੰ ਸਮਝ ਆਵੇ। ਅਸਲਾਮੁਅਲੈਕਮ ਜੀ। ਵਾਲੇਕਮ ਸਲਾਮ ਜੀ, ਕੀ ਹਾਲ ਚਾਲ ਹੈ ਜਨਾਬ? ਠੀਕ ਹੈ ਹਾਜੀ ਸਾਹਿਬ। ਮੱਝ ਆਪਣੀ ਸਭ ਤੋਂ ਪਹਿਲੇ ਦੱਸਣਾ ਸੂਈ ਨੂੰ ਕਿੰਨੇ ਦਿਨ ਹੋ ਗਏ? ਅੱਜ ਚੌਥਾ ਦਿਨ ਹੈ ਹਾਜੀ ਸਾਹਿਬ ਸੂਈ ਨੂੰ ਬੋਲੇ ਦੇ ਵਿੱਚ ਮੱਝ। ਅੱਜ 4 ਦਿਨ ਹੋ ਗਏ ਮੱਝ ਬੋਲੇ ਵਿੱਚ, ਸੂਆ ਕਿੰਨਵਾ ਜਨਾਬ? ਤੀਸਰਾ ਸੂਆ ਸੂਈ ਐਵੇਂ ਕਹੀ ਜਾਈਏ, ਦੂਜਾ ਨਾ ਨਹੀਂ, ਤੀਸਰਾ ਜੈ ਮਨ ਸੂਆ ਸੂਈ। ਅੱਛਾ, ਤੀਸਰਾ ਸੂਆ ਹੈ। ਹਾਂਜੀ। ਥਣਾ ਦੀ ਸਾਫ਼? ਥਣਾ ਦੀ ਬਿਲਕੁਲ ਸਾਫ਼ ਹਾਜੀ ਸਾਹਿਬ। ਪਿਛਲੇ ਸੂਏ ਮੇਰੀ 22-24 ਕਿਲੋ ਦੁੱਧ ਕਰਦੀ ਰਹੀ। ਦੂਜਣ ਹੋ ਕੇ 22-24 ਕਿਲੋ, ਲੋਕੀ ਕਹਿੰਦੇ 22-24 ਕਿਲੋ ਮਹੀਆਂ ਨਹੀਂ ਕਰਦੀਆਂ, ਇਹ ਕਿਸੇ ਵੀਰ ਨੂੰ ਦੇ ਦੀ ਪੂਰੇ ਗਵਾਲਾ ਲਈ ਅੱਲਾ ਦੇ ਹੁਕਮ ਨਾਲ, ਹੁਕਮ ਅੱਲਾ ਦੇ ਨਾਲ 26 ਕਿਲੋ ਨੂੰ ਵੀ ਐਲ ਕੇ ਕ੍ਰਾਸ ਕਰੂਗੀ ਮੱਝ। ਮਾਸ਼ਾਅੱਲਾ। 21 ਤੋਂ ਬਾਅਦ
ਅੱਛਾ ਸੁਆ ਸੂਈ ਖਲੀ ਤੀਸਰਾ ਤੀਸਰਾ ਸੁਆ ਸੂਈ ਖਲੋਤੀ ਇਹਨੇ ਜਿਵੇਂ ਜਿਵੇਂ ਦਿਹਾੜੀ ਪੈਣੀ ਆ ਐ ਜਿਵੇਂ ਥੱਲੇ ਬੋਰੀ ਨੀ ਬੰਨੀ ਫਿਰਦੀ ਹੁੰਦੀ ਮਸ਼ਕ ਪੂਰੀ ਅੱਲਾ ਦੇ ਹੁਕਮ ਨਾਲ ਮਸ਼ਕ ਵਾਲਾ ਲੇਵਾ ਵਾ ਜਦੋਂ ਚੁਈਦਾ ਐ ਨਿੰਬੂ ਬਾਬੂ ਚੜ ਜਾਂਦੀ ਆ ਤੇ ਚਵਾ ਏਡਾ ਏਡਾ ਮੋਟਾ ਤੇ ਬੰਦੇ ਨੂੰ ਨੀਂਦਰ ਆਉਣ ਲੱਗ ਪੈਂਦੀ ਜਦੋਂ ਨੀਂਦਰ ਆ ਜਾਂਦੀ ਹੈ ਹੱਡੀ ਮੈਂ ਦਿਖਾਣੀ ਕੈਮਰਾ ਮੈਨ ਨੂੰ ਕਿਹਾ ਹੱਡੀ ਦਿਖਾਵੇ ਮੈਂ ਕਹਿੰਦਾ ਤੂੰ ਬੇਫਿਕਰ ਹੋ ਜਾ ਮੈਂ ਧੁੰਨੀ ਕੋਲੀ ਦਾ ਵੀ ਨਿਸ਼ਾਨ ਦਿਖਾਣਾ ਵਾ ਬਾਕੀ ਮਾਜ ਦਾ ਕੱਦ ਮੈਨੂੰ ਅੱਜ ਆਪਦੇ ਆਪੇ ਵੇਖ ਲਾ ਕਿੱਡਾ ਵਾ ਤੇ ਮੇਰੇ ਬਰਾਬਰ ਬੰਦਾ ਨਾ ਚੰਗਾ ਜਵਾਨ ਹੋਵੇ ਉਹਦੇ ਬਰਾਬਰ ਦੇ ਆ ਮੈਂ ਹੁਕਮ ਅੱਲਾ ਨਾਲ ਮੇਰੇ ਦੋਸਤਾ ਕੇ ਗੁਜ਼ਾਰਿਸ਼ ਕੀ ਪਊਗੀ ਅੱਛਾ ਅੱਜ ਆਪਾਂ ਆਪਦੇ ਭਰਾ ਨੂੰ ਇਹ ਗੱਲ ਕਰਾਂਗੇ ਪੂਰੇ ਜਨਾਬ ਦਾਅਵੇ ਨਾਲ ਕਿ ਕੋਈ ਬੰਦਾ ਮੌਕੇ ਤੇ ਆਵੇ ਮੱਝ ਆਪਣੇ ਕੋਲ ਆਨਲਾਈਨ ਖਰੀਦ ਜਾਵੇ ਅਗਰ ਪੁਰਾਣੀਆਂ ਮੱਝਾਂ ਮੱਝ ਨਾ ਹੋਵੇ ਜਾਂ ਏਡੇ ਕੱਦ ਵਾਲੀ ਅੱਜ ਕੱਲ੍ਹ ਮੱਝ ਲੱਭਦੀ ਹੋਵੇ ਤੇ ਆਪਾਂ ਜਨਾਬ ਮੈਂ ਕਹਿੰਦਾ ਮੈਂ ਜੁਰਮਾਨਾ ਭਰੂੰਗਾ ਏਡੇ ਕੱਦ ਵਾਲੀ ਮੈਂ ਅੱਜ ਕੱਲ੍ਹ ਲੱਭਦੇ ਹੋਵੇ ਨਹੀਂ ਮੇਰੀ ਬਾਕੀ ਜਨਾਬ ਪੂਰੀ ਸ਼ਾਹਦੌਰ ਚ ਇੱਕ ਜਾ ਰਹੀ ਆ ਕੋਈ ਬੰਦਾ ਇਹਦੇ ਜਿੱਡੀ ਇੱਕ ਹੋਰ ਮੈਂ ਵੀ ਵਾੜ ਦੇ ਤਾਂ ਸ਼ਾਹਦੌਰ ਚ ਨਹੀਂ ਪੂਰੀ ਆਣੀ ਨਹੀਂ ਆਣੀ ਇੱਕੋ ਸ਼ਾਹਦੌਰ ਦੇ ਵਿੱਚ ਜਾਊਗੀ ਠੀਕ ਹੋ ਗਿਆ ਹੁਣ ਆਪਾਂ ਨਾ ਮੇਰੀ ਗੱਲ ਸੁਣ ਜ਼ਿਆਦਾ ਖੱਪਾ ਖਪਾਈ ਨਹੀਂ ਕਰਨੇ ਹਾਂਜੀ ਮੁਕਾਣਾ ਕੰਮ ਨੂੰ ਆਹੀ ਸਮਝ ਕਿਉਂਕਿ ਪਤਾ ਕੀ ਗੱਲ ਹੈ ਗੱਲਾਂ ਕਰੀਆਂ ਨੇ ਸਾਫ਼ ਹੀ ਹੁਣ ਮੱਝ ਆਪਾਂ ਨਾ ਇੰਨੀਆਂ ਗੱਲਾਂ ਸੁਣਾ ਦਿੱਤੀਆਂ ਨੇ ਕਿ ਪਿਆਰ ਮੁਹੱਬਤ ਨਾਲ ਜਿੱਥੇ ਆਪਾਂ ਮੱਝ ਵੇਚਣੀ ਨਾ ਮੱਝ ਮੇਰੀ ਇੱਕ ਮਿੰਟ ਮੱਝ ਤੇਰੀ ਹੁੰਦੀ ਨਾ ਸੂਆ ਦੂਜਾ ਹਾਂਜੀ ਤੇ ਮੱਝ ਸੀ ਮੁੱਲ ਤੇਰੇ ਦੀ ਮੁੱਲ ਹੁਣ ਮੱਝ ਹੈ ਤੀਸਰਾ ਸੂਆ ਆਹੀ ਸਮਝ ਇਹ ਹੁਣ ਮੁੱਲ ਆਪਾਂ ਪਿਆਰ ਮੁਹੱਬਤ ਮੇਰੀ ਮੈਂ ਜੇ ਸ਼ਾਮ ਦਾ ਟਾਈਮ ਹੋਵੇ ਨਾ ਬੋਰੀ ਦਾ ਚੱਡਾ ਹੁੰਦਾ ਹੁਣ ਗਰਮੀ ਬਹੁਤ ਆ 12-1 ਖਲੋਤੀ ਆ ਮੈਂ ਕਹਿੰਦੀ ਮੈਨੂੰ ਛੱਡ ਦੇ ਮੈਂ ਜਾਵਾਂ ਅੰਦਰ ਮੱਝ ਦੂਜੇ ਨੂੰ ਹੁੰਦੀ ਤੇ ਮੱਝ ਦਾ ਸੀ ਮੁੱਲ 7,00,000 ਰੁਪਇਆ ਹੁਣ ਮੈਂ ਤੀਜੇ ਨੇ ਮੈਂ ਦਊਗਾ 5,20,000 5,20,000 ਚ ਪਿਆਰ ਕਿੰਨਾ ਕਰਨਾ ਤੁਪਨਾ ਆਪਾਂ ਵੀ ਮੇਰੀ ਗੱਲ ਸੁਣ ਲੈ ਪੱਕੀਆਂ ਗੱਲਾਂ ਪੀੜੀਆਂ ਅੱਜ ਫਿਰ ਬਾਰ ਬਾਰ ਵਾਰੀਆਂ ਨੀ ਹੁੰਦੀਆਂ ਪੂਰੇ 5,00,000 ਦੀ ਮੈਂ ਦਵਾਂ ਕਿਸੇ ਪੂਰੇ 5,00,000 ਦੀ ਵੀਰ ਦੀ ਮੱਝ ਠੀਕ ਹੈ ਇਹਦੇ ਵਿੱਚ ਸੱਜਣ ਬੇਲੀ ਆਉਂਦਾ ਚਾਹਤ ਮੁਹੱਬਤ ਪਿਆਰ ਮਗਰ ਕੱਟਾ 5,00,000 ਵਿੱਚ ਪਿਆਰ ਮੁਹੱਬਤ ਦੁੱਧ ਦੀਆਂ ਗਰੰਟੀਆਂ ਦੁੱਧ ਅੱਲਾ ਦੇ ਹੁਕਮ ਨਾਲ ਇੱਕੋ ਤੋਂ ਬਾਅਦ 26 ਕਿਲੋ ਕਰੂਗੀ ਪੂਰੀ ਸ਼ਾਹ ਜ਼ੋਰ ਵਾਲੀ ਜੇ ਮੈਂ ਨੀ ਦੁੱਧ ਇਹਨਾਂ ਦਾ ਦੇਣਾ ਕਿੰਨਾ ਨੇ ਹਾਜ਼ਰ ਵਕਤ ਕਿੰਨਾ ਹੈ ਹਾਜ਼ਰ ਟਾਈਮ ਮੈਂ 14 ਕਿਲੋ ਦੁੱਧ ਹੈ 14 ਕਿਲੋ ਸਲੂਟ ਕਰੋ ਤਾਂ ਕਿ ਮੇਰੇ ਵੀਰ ਸਾਡੀ ਹਰ ਨਵੀਂ ਵੀਡੀਓ ਵੇਖਣ ਵਾਸਤੇ ਇੰਤਜ਼ਾਰ ਕਰਨਾ ਨੰਬਰ ਜਨਾਬ ਆਪਣਾ ਸਕਰੀਨ ਤੇ ਹੁੰਦਾ 0348-067-8468 ਮੈਂ ਟਰ ਦੀ ਵਿਖਾਵਾਂਗੇ ਮਾਸ਼ਾਅੱਲਾ ਜਾਣ ਦੇ ਜੀ ਅੱਗੇ ਤੁਰਦੀ ਫਿਰਦੀ ਅੱਲਾ ਦੇ ਫਜ਼ਲ ਨਾਲ ਕੈਮਰੇ ਦੀ ਨਜ਼ਰ ਹੈ ਬਾਕੀ ਜਨਾਬ ਉਹਨਾਂ ਭਰਾਵਾਂ ਦੇ ਅਸੀਂ ਜਨਾਬ ਬੇਹੱਦ ਮਸ਼ਕੂਰ ਆ ਜਿਹੜੇ ਲੋਕ ਜਨਾਬ ਸਾਡੇ ਛੋਟੇ ਜਿਹੇ ਚੈਨਲ ਨੂੰ ਜਨਾਬ ਪਿਆਰ ਤੇ ਮੁਹੱਬਤਾਂ ਚਾਹਤਾਂ ਰੱਖਦੇ ਨੇ
ਚੈਨਲ ਛੋਟੇ ਖੁਰਾਕ ਤੁਹਾਡੇ ਚੈਨਲਾਂ ਤੇ ਵੱਡੇ ਹੁੰਦੇ ਆ, ਅੱਲਾ ਕਰਾਂਦਾ ਚੈਨਲ ਛੋਟੇ ਆ ਖੁਰਾਕ ਵੱਡੇ ਹੁੰਦੇ ਆ, ਏਡੇ ਮੁੱਲਾਂ ਵਾਲੀਆਂ ਮਹੀਆਂ ਦੇ ਬਾਕੀ ਚੈਨਲ ਤੇ 8-8, 7-7 ਲੱਖ ਮੁੱਲ ਆ, ਤੁਹਾਡੇ ਚੈਨਲ ਤੇ ਮੁੱਲ ਵੀ ਘੱਟ ਹੁੰਦਾ, ਚੈਨਲ ਸਾੜਨੇ ਨੇ ਆਪਾਂ।